ਤਾਂ ਇਸੇ ਤਰ੍ਹਾਂ ਇਸ ਦੁੱਲੇ ਨਵਾਬ ਨੇ ਜੰਗ ਦੀ ਤਿਆਰੀ ਕੀਤੀ, ਮਿਹਰਬਾਨ ਜੰਗ ਦੀ ਤਿਆਰੀ ਕੀਤੀ। ਤਾਂ ਇੱਧਰੋਂ ਜਦੋਂ ਦੁੱਲੇ ਨਵਾਬ ਨੇ ਜੰਗ ਦੀ ਤਿਆਰੀ ਕੀਤੀ ਉੱਥੇ ਕਿਹਾ, ਕਹਿੰਦੇ ਗੱਲ ਗੁਜਰੀ ਦੀ ਸੁਣ ਕੇ ਦੁੱਲਾ ਉੱਠ ਕੇ ਖੜਿਆ, ਉਹਨੇ ਪਹਿਨੇ ਜੰਗੀ ਕੱਪੜੇ ਤੇ ਫਿਰ ਯਾਦ ਖੁਦਾ ਨੂੰ ਕਰਿਆ, ਉੱਤੇ ਘੋੜੀ ਤੇ ਚੜ ਗਿਆ, ਹੱਥ ਵਿੱਚ ਨੇਜਾ ਫੜਿਆ, ਅੱਗੋਂ ਪਿਆ ਤੜਾਕਾ ਛਕਦਾ ਤੇ ਫਿਰ ਨਾਗ ਸੀ ਕੁੱਤੇ ਦੇ ਲੜਿਆ। ਇੰਨੀਆਂ ਗੱਲਾਂ ਸੋਚ ਕੇ ਤੇ ਕਰ ਸਰਫੂ ਕਾਜੀ ਦੇ ਬੜਿਆ। ਮਿਹਰਬਾਨ ਦੁੱਲਾ ਨਵਾਬ, ਹੁਣ ਸਰਫੂ ਕਾਜੀ ਕੌਣ ਸੀ? ਦੁੱਲੇ ਨਵਾਬ ਦੀ ਅਤੇ ਸਰਫੂ ਕਾਜੀ ਦੀ ਬਚਪਨ ਦੀ ਲਾਗ ਡਾਟ ਸੀ। ਮਿਹਰਬਾਨ ਇਹਨੇ ਮਸੀਤ ਦੇ ਵਿੱਚ ਦੁੱਲੇ ਨਵਾਬ ਨੇ ਇਹ ਕਾਜੀ ਨੂੰ ਕੁੱਟਿਆ ਸੀ। ਬਹੁਤੀਆਂ ਗੱਲਾਂ ਨਾ ਕਰੀਏ ਤਾਂ ਅੱਜ ਉਸੇ ਕਾਜੀ ਦੇ ਕੋਲ ਪੁੱਛ ਪਾਉਣ ਦੀ ਖਾਤਰ ਚਲਿਆ ਗਿਆ। ਜਦੋਂ ਚਲਿਆ ਗਿਆ ਤਾਂ ਇਹ ਕਾਜੀ ਨੇ ਝੂਠ ਬੋਲ ਦਿੱਤਾ, ਉਹ ਦੁੱਲਿਆ ਕਿਤੇ ਲੁੱਕ ਛੁੱਪ ਜਾ, ਤਿੰਨ ਦਿਨ ਤੇਰੀ ਹਾਰ ਦੇ ਨਜ਼ਰ ਆਉਂਦੇ ਆ। ਮਿਹਰਬਾਨ ਦੁੱਲੇ ਨਵਾਬ ਨੇ ਸੋਚਿਆ ਵੀ ਮੇਰੀ ਪਿੰਡੀ ਦੀ ਵਾਹ ਵੱਲ ਨਹੀਂ ਕੋਈ ਝਾਕਦਾ, ਇਹ ਤਿੰਨ ਦਿਨ ਆਪਣੇ ਮੈਂ ਨਾਨਕੀ ਚਰਨੋਟ ਸ਼ਹਿਰ ਦੇ ਵਿੱਚ ਕੱਟ ਕੇ ਆਉਂਦਾ। ਮਿਹਰਬਾਨ ਹੁਣ ਦੁੱਲੇ ਨਵਾਬ ਨੇ ਆਪਣੇ ਨਾਨਕਿਆਂ ਦੀ ਤਿਆਰੀ ਕਰ ਲਈ। ਇੱਧਰ ਮਾਤਾ ਲੱਦੀ ਦੇ ਕੋਲ ਖਤ ਆਇਆ ਹੋਇਆ ਮਿਰਜ਼ੇ ਨਿਜ਼ਾਮਦੀਨ ਦਾ, ਉਹ ਕਹਿੰਦਾ ਕਿ ਆ ਕੇ ਮੇਰੇ ਨਾਲ ਮੱਥਾ ਲਾਓ। ਇਹ ਮਾਤਾ ਲੱਦੀ ਨੇ ਖਤ ਪੜਿਆ ਤੇ ਆਪਣੇ ਚੜ ਕੇ ਕੋਠੇ ਤੇ ਆਪਣੇ ਮਹਿਲ ਤੇ ਵੇਖਦੀ ਆ, ਤਾਂ ਕੀ ਵੇਖਦੀ ਆ? ਚਾਰ ਸਫੇਰੇ ਫੌਜਾਂ ਦੇ ਕੁੰਡਲ ਵਾਲੇ ਹੋਏ ਆ। ਮਿਹਰਬਾਨ ਤੰਬੂ ਲੱਗੇ ਹੋਏ, ਤਾਂ ਜਦੋਂ ਮਹਿਲਾ ਤੋਂ ਹੇਠਾਂ ਨੂੰ ਨਿਗਾਹ ਮਾਰੀ ਤਾਂ ਇਸ ਦੁੱਲੇ ਨਵਾਬ ਨਾਨਕਿਆਂ ਦੀ ਤਿਆਰੀ ਕਰੀ ਜਾਂਦਾ, ਜਾਣੀ ਕਿ ਘੋੜੀ ਨੂੰ ਸ਼ਿੰਗਾਰੀ ਤੁਰਿਆ ਜਾਂਦਾ। ਇੱਧਰ ਮਾਤਾ ਲੱਦੀ ਨੇ ਸੋਚਿਆ ਇਹ ਮਿਰਜ਼ਾ ਨਿਜ਼ਾਮਦੀਨ ਕਹਿੰਦਾ ਮੇਰੇ ਨਾਲ ਆ ਕੇ ਮੱਥਾ ਲਾਓ, ਇੱਧਰ ਮੇਰੇ ਪੁੱਤਰ ਦੇ ਨਾ ਕੋਈ ਜੰਗੀ ਕੱਪੜਾ ਨਾ ਕੋਈ ਜੰਗੀ ਹਥਿਆਰ, ਅੱਜ ਮੇਰਾ ਪੁੱਤਰ ਚੱਲਿਆ ਤੇ ਚੱਲਿਆ ਕਿੱਧਰ ਨੂੰ ਆ? ਮਿਹਰਬਾਨ ਉਸੇ ਤਰ੍ਹਾਂ ਇਸ ਮਿਹਰਬਾਨ ਭੱਜੀ ਆਈ ਮਾਤਾ ਲੱਦੀ ਨੇ ਇਉਂ ਕਰਕੇ ਦੁੱਲੇ ਨਵਾਬ ਦੀ ਘੋੜੀ ਦੀ ਵਾਗ ਨੂੰ ਹੱਥ ਪਾ ਲਿਆ। ਉੱਥੇ ਕਿਹਾ, ਕਹਿੰਦੇ ਫੜ ਕੇ ਘੋੜੀ ਦੀ ਵਾਗ ਨੂੰ ਮਾਤਾ ਲੱਦੀ ਨੇ ਮਾਰੀ ਤਾ, ਕਹਿੰਦੀ ਵੇ ਪੁੱਤ ਰਾਤੀ ਸੁਪਨਾ ਆ ਗਿਆ, ਸੁਪਨਾ ਬੁਰੀ ਬਲਾ, ਮੇਰੇ ਮੌਤ ਨੇ ਮੁੱਕੀਆਂ ਮਾਰੀਆਂ ਤੇ ਆਹ ਕਾਲਜੇ ਵਿੱਚ ਟਿਕਾ, ਬੂੜਾ ਝੋਟਾ ਚੌਂ ਰਿਹਾ ਮੁਗਲਾਂ ਦੀ ਕੁਠੀਆ ਆ, ਉਹਦਾ ਮਾਸ ਕਨਾਲੀਏ ਵੱਢਿਆ, ਲਿਆ ਕਬਾਬ ਬਣਾ, ਫਿਰ ਗਿੱਧਾ ਪਾਉਣ ਕਰ ਜੋਗਨਾ, ਰਹੀਆਂ ਰਾਗ ਬਣਾ ਨਾਲੇ ਕਰਕੇ ਹੱਸਿਆ। ਵੇ ਪੁੱਤ ਆਪਣੇ ਬਨੇਰੇ ਤੇ ਆ, ਕਹਿੰਦੀ ਜੇ ਆ ਪੁੱਤ ਫਰੀਦ ਦਾ ਹੱਥੀ ਤੇਗ ਅਠਾ, ਆ ਤੇਗਾਂ ਮਾਰੀ ਜੋੜ ਕੇ ਤੇ ਭਜਣਾ ਦੇ ਮੁਗਲਾਂ ਦੀਆਂ। ਜਦੋਂ ਮਾਤਾ ਲੱਦੀ ਨੇ ਇਹਨਾਂ ਕ ਜਵਾਬ ਕੀਤਾ ਤਾਂ ਵਾਰੀ ਆ ਗਈ ਦੁੱਲੇ ਨਵਾਬ, ਕਹਿੰਦਾ ਮਾਤਾ ਇਹ ਸੁਪਨੇ ਕਦੇ ਸੱਚ ਨਹੀਂ ਹੋਇਆ ਕਰਦੇ, ਇਹ ਤਾਂ ਦਿਨ ਦੀਆਂ ਗੱਲਾਂ ਕੀਤੀਆਂ ਰਾਤ ਨੂੰ ਚੇਤੇ ਆ ਜਾ ਕਰਦੀਆਂ। ਉੱਥੇ ਕਿਹਾ, ਕਹਿੰਦੇ ਅੱਗੇ ਉਹ ਦੁੱਲਾ ਬੋਲਿਆ, ਮਾਤਾ ਨੂੰ ਕਹੇ ਸੁਣਾ, ਮਾਤਾ ਮੈਂ ਦੁੱਲਾ ਦੁਪਹਿਰਾ ਹਾੜਦਾ ਤੇ ਫਿਰ ਸੌਣ ਦਾ ਵਗਾ ਦਰਿਆ, ਮੇਰੇ ਮੂਹਰੇ ਮੁਗਲੇ ਉੱਡਣਗੇ ਜਿਵੇਂ ਦਾਤੀ ਦੇ ਮੂਹਰੇ ਘਾ, ਮੈਂ ਸਿਰ ਮੁਗਲਾਂ ਦੇ ਵੱਢ ਕੇ ਤੂੰ ਮਾਣਾ ਵਿੱਚ ਖੁਦਾ, ਜਿਹੜੀਆਂ ਦਿਨ ਨੂੰ ਗੱਲਾਂ ਕੀਤੀਆਂ ਰਾਤ ਨੂੰ ਚੇਤੇ ਜਾਂਦੀਆਂ ਆ, ਇਹ ਸੁਪਨੇ ਸੱਚ ਨਹੀਂ ਹੋਣਦੇ, ਗਏ ਫਰਮਾ ਤਿੰਨ ਦਿਨ ਮੇਰੀ ਹਾਰ ਦੇ ਕਿਤੇ ਬਹਿ ਕੇ ਲਾਉਣਗਾ, ਦਿਨ ਚੌਥੇ ਨੂੰ ਵੇਖ ਲੈ ਮੱਥਾ ਦੇਊਂਗਾ ਮੁਗਲਾਂ ਦੇ ਨਾਲ।
Oh,